ਉਹਨਾਂ ਕੋਲੋਂ ਵਾਦਾ ਲਿਆ, ਉਹਨਾਂ ਨੂੰ ਉਹਨਾਂ ਤੇ ਗਵਾਹ ਕਰ ਲਿਆ। ਹਜ਼ਰਤ ਜੀ ਮੰਜ਼ਿਲਤ ਆਲਮੇ ਅਰਵਾਹ ਵਿੱਚ ਅੱਲਾ ਕਰੀਮ ਨੇ ਸਾਰੀਆਂ ਰੂਹਾਂ ਇਕੱਠੀਆਂ ਕਰ ਲਈਆਂ। ਉੱਥੇ ਅੰਬੀਆ ਮੁਰਸਲੀਨ ਪੈਗੰਬਰਾਂ ਨੂੰ ਰਸੂਲ ਦੀਆਂ ਰੂਹਾਂ ਮੌਜੂਦ, ਉੱਥੇ ਅੰਬੀਆ ਦੇ ਸਹਾਬਾ ਦੀਆਂ ਰੂਹਾਂ ਮੌਜੂਦ, ਉੱਥੇ ਤਾਬੇਈਨ ਤਬਾ ਤਾਬੇਈਨ ਦੀਆਂ ਅਰਵਾਹ ਮੌਜੂਦ, ਉੱਥੇ ਅੱਲਾ ਦੇ ਬਲੀਆਂ ਦੀਆਂ ਰੂਹਾਂ ਮੌਜੂਦ, ਉੱਥੇ ਆਬਦੀਨ ਸਾਜਦੀਨ ਦੀਆਂ ਰੂਹਾਂ ਮੌਜੂਦ, ਉੱਥੇ ਮੇਰੇ ਵਰਗੇ ਗਿੰਦੜਿਆਂ ਮੰਦੜਿਆਂ ਦੀਆਂ ਰੂਹਾਂ ਮੌਜੂਦ, ਉੱਥੇ ਤੁਹਾਡੇ ਵਰਗੇ ਚੰਗਿਆਂ ਦੀਆਂ ਰੂਹਾਂ ਮੌਜੂਦ, ਉੱਥੇ ਕਾਫਿਰਾਂ ਤੇ ਮੁਸ਼ਰਿਕਾਂ ਤੇ ਮੁਨਾਫਿਕਾਂ ਦੀਆਂ ਰੂਹਾਂ ਮੌਜੂਦ, ਉੱਥੇ ਯਹੂਦੋ ਨਸਾਰਾ ਦੀਆਂ ਰੂਹਾਂ ਮੌਜੂਦ, ਉੱਥੇ ਅਰਬੀਆਂ ਅਜਮੀਆਂ ਦੀਆਂ ਰੂਹਾਂ ਮੌਜੂਦ, ਉੱਥੇ ਕਾਲਿਆਂ ਗੋਰਿਆਂ ਦੀਆਂ ਰੂਹਾਂ ਮੌਜੂਦ, ਉੱਥੇ ਉੱਚੀਆਂ ਨੀਵੀਆਂ ਸ਼ਾਹੋ ਕਦਾ ਦੀਆਂ ਰੂਹਾਂ ਮੌਜੂਦ। ਰੱਬੇ ਕਰੀਮ ਨੇ ਆਲਮੇ ਅਰਵਾਹ ਵਿੱਚ ਹਰ ਹਰ ਰੂਹ ਨੂੰ ਮੁਖਾਤਿਬ ਕੀਤਾ ਤੇ ਸਵਾਲ ਕੀਤਾ, ਅਲਸਤੂ ਬਿਰੱਬਿਕੁਮ, ਹੈ ਰੂਹੋ ਕਿਆ ਮੈਂ ਤੁਹਾਡਾ ਰੱਬ ਨਹੀਂ ਹਾਂ। ਆਲੂ ਬਲਾ, ਸਾਰਿਆਂ ਨੇ ਬਲਾ ਆਖਿਆ, ਮੌਲਾ ਕਿਉਂ ਨਹੀਂ, ਅਸੀਂ ਇਕਰਾਰ ਕਰਨੇ ਆ, ਅਸੀਂ ਸਾਰੇ ਮਰਬੂਬਾ ਤੂੰ ਸਾਡਾ ਵਾਹਿਦ ਰੱਬ ਹੈ। ਆਲੀ ਵਕਾਰ ਹਜ਼ਰਤ ਉੱਥੇ ਸਾਰਿਆਂ ਦੀਆਂ ਰੂਹਾਂ ਨੇ ਇਕਰਾਰ ਕੀਤਾ, ਮੇਰੀ ਰੂਹ ਵੀ ਉੱਥੇ ਇਕਰਾਰ ਕਰਕੇ ਆਈ, ਮੌਲਾ ਰੱਬ ਤੇ ਮੇਰਾ ਤੂੰ ਹੈ, ਤੁਹਾਡੀ ਰੂਹ ਵੀ ਉੱਥੇ ਇਕਰਾਰ ਕਰਕੇ ਆਈ। ਉੱਥੇ ਸਾਰਿਆਂ ਦੀਆਂ ਰੂਹਾਂ ਨੇ ਇਤਰਾਫ਼ ਤੇ ਇਕਰਾਰ ਕੀਤਾ, ਰੱਬ ਦੀ ਰਬੂਬੀਅਤ ਨੂੰ ਤਸਲੀਮ ਕੀਤਾ। ਮਗਰ ਜਦੋਂ ਅੱਲਾ ਨੇ ਰੂਹ ਨੂੰ ਜਿਸਮ ਦਾ ਲਿਬਾਦਾ ਪਹਿਨਾ ਕੇ ਇਸ ਜਹਾਂ ਨੇ ਰੰਗੋ ਬੂ ਵਿੱਚ ਖਲਿਆ, ਇੱਥੇ ਆ ਕੇ ਫਿਰ ਕਈ ਆਪਣੇ ਵਾਅਦੇ ਤੋਂ ਮੁਕਰ ਗਏ, ਕਈਆਂ ਨੂੰ ਆਪਣਾ ਇਕਰਾਰ ਭੁੱਲ ਗਿਆ, ਪਰ ਕਈਆਂ ਨੇ ਆਪਣਾ ਵਾਅਦਾ ਯਾਦ ਰੱਖਿਆ। ਰਾਣਾ ਮੁਹੰਮਦ ਯੂਸਫ ਸਾਹਿਬ, ਹੁਣ ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਲੱਗਾ। ਆਰਿਫਾਂ ਦੇ ਸੁਲਤਾਨ ਨੇ ਕਲਮ ਉਠਾਇਆ ਤੇ ਉਸੇ ਵਾਅਦੇ ਦੇ ਬਾਰੇ ਫਰਮਾਇਆ, ਕਹਿੰਦੇ ਨੇ ਅਲਸਤੂ ਬਿਰੱਬਿਕੁਮ, ਸੁਣਿਆ ਦਿਲ ਮੇਰੇ ਨਿਤ ਕਾਲੂ ਗਲਾ, ਤੂੰ ਕਹਿੰਦੇ ਸੁਲਤਾਨ ਕਹਿੰਦਾ ਏ, ਲੋਕਾਂ ਨੇ ਤੇ ਆਪਣੇ ਵਾਅਦੇ ਭੁਲਾ ਦਿੱਤੇ, ਪਰ ਜਿੱਦੋਂ ਦਾ ਬਾਹੂ ਨੇ ਆਲਮੇ ਅਰਵਾਹ ਅੰਦਰ ਤੇ ਰੱਬ ਹੋਣ ਦਾ ਇਕਰਾਰ ਕੀਤਾ ਏ। ਵਾਰੀ ਮੇਰੇ ਰੱਬ ਨੇ ਸਵਾਲ ਪੁੱਛਿਆ ਸੀ, ਮੈਂ ਤੇਰਾ ਰੱਬ ਮਾਂ ਕਿ ਨਹੀਂ। ਹਜ਼ਰਤ ਬਾਹੂ ਕਹਿੰਦੇ ਨੇ, ਮੁੱਦਤਾਂ ਬੀਤ ਗਈਆਂ, ਅਜੇ ਤੱਕ ਮੇਰੀ ਰੂਹ ਬਲਾ 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 ਪਈ ਕਹਿੰਦੀ ਏ। ਆ ਫਰਮਾਉਂਦੇ ਨੇ, ਹੁਬ ਵਤਨ ਦੇ ਓਏ ਕਾਲਿਬ ਹੋਏ ਤੇ ਇੱਕ ਪਲ ਸੌਣ ਨਾ ਦੇਂਗੇ। ਆਰਿਫਾਂ ਦਾ ਸੁਲਤਾਨ ਕਹਿੰਦਾ ਏ, ਜਦੋਂ ਮੈਨੂੰ ਆਪਣਾ ਵਤਨ ਅਸਲੀ ਯਾਦ ਆਉਂਦਾ ਏ, ਕਿਉਂਕਿ ਮੈਂ ਆਲਮੀ ਅਰਵਾਹ ਵਿੱਚੋਂ ਆਇਆ ਵਾਂ, ਇੱਥੇ ਫਾਨੀ ਦੁਨੀਆ ਏ ਇੱਕ ਆਰਜ਼ੀ ਰਿਹਾਇਸ਼ ਏ, ਜਦੋਂ ਮੈਨੂੰ ਮੇਰਾ ਉਹ ਵਤਨ ਯਾਦ ਆਉਂਦਾ ਏ ਫਿਰ ਮੈਨੂੰ ਉਹਦੀਆਂ ਯਾਦਾਂ ਇੱਕ ਪਲ ਸੌਣ ਨਹੀਂ ਦੇਂਦੀਆਂ। ਹੁਣ ਦੁਨੀਆ ਨੇ ਦੁਨੀਆ ਨੂੰ ਮੁਖਾਤਿਬ ਕਰਕੇ ਮੇਰਾ ਬਾਹੂ ਬੋਲਿਆ, ਕਹਿੰਦੇ ਨੇ ਕਹਿਰ ਪਵੇ ਤੈਨੂੰ ਰਹਿਜ਼ਨ ਦੁਨੀਆ, ਟੁੱਟ ਮਰਨੀਏ ਪਿੱਛੇ ਹੀ ਲੱਗ ਗਈਏ ਤੈਨੂੰ ਖੁਦਾ ਦੇ ਕਹਿਰ ਦੀਆਂ, ਪਿਛਲੀਆਂ ਸਾੜ ਕੇ ਖਾਕਿਸਤਰ ਕਰ ਦੇਣ, ਕਹਿਰ ਪਵੇ ਤੈਨੂੰ ਰਹਿਜ਼ਨ ਦੁਨੀਆ, ਤੂੰ ਤਾਂ ਹੱਕਦਾਰਾ ਕਰੇ ਬੋਲ ਲਗੀ ਤੇ ਬਾਹੋ ਕੌਣ ਕਰ ਕਰਦਾ।